ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡੀ ਸਾਧਿਕਾ ਕਰੀਅਰ ਓਵਰਸੀਜ਼ ਤੋਂ। ਜਿਵੇਂ ਜੇ ਤੁਸੀਂ ਕਿਸੇ ਕੰਟਰੀਜ਼ ਦਾ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਪਲਾਨ ਕਰ ਰਹੇ ਹੋ, ਕਿਸੇ ਵਧੀਆ ਕੰਸਲਟੈਂਟ ਤੋਂ ਤੁਸੀਂ ਆਪਣੀ ਇਲੀਜੀਬਿਲਟੀ ਚੈੱਕ ਕਰਾਓ। ਜੇ ਗੱਲ ਕਰੀਏ ਡਾਕੂਮੈਂਟਸ ਦੀ, ਤਾਂ ਜਿਵੇਂ ITR ਹੋ ਗਈ, ਇਨਕਮ ਟੈਕਸ ਰਿਟਰਨ, ਤੇ ਜੇ ਫੋਰਮ ਹੋ ਗਿਆ, ਜੇ ਫੋਰਮ ਜਾਂ ਫਿਰ ਤੁਹਾਡਾ ਇਨਕਮ ਪਰੂਫ ਹੋ ਗਿਆ, ਤੇ ਉਸ ਤੋਂ ਬਾਅਦ ਆਉਂਦੀ ਹੈ ਆਪਣੀ ਬੈਂਕ ਸਟੇਟਮੈਂਟ ਔਰ ਆਪਣੀ ਪ੍ਰੋਪਰਟੀ ਵੈਲੂਏਸ਼ਨ। ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਟਰੈਵਲ ਹਿਸਟਰੀ ਹੈ ਜਾਂ ਨਹੀਂ ਹੈ, ਕੁਝ ਕੰਟਰੀਜ਼ ਟਰੈਵਲ ਹਿਸਟਰੀ ਮੰਗਦੀਆਂ, ਬਟ ਅਸੀਂ USA ਕੈਨੇਡਾ ਵਰਗੀ ਕੰਟਰੀਆਂ ਤੇ ਵੀ ਵਿਦਆਊਟ ਟਰੈਵਲ ਹਿਸਟਰੀ ਵੀਜ਼ਾਸ ਲਵਾਏ ਹੈ। ਤੇ ਜੇਕਰ ਤੁਸੀਂ ਆਪਣਾ ਕੈਨੇਡਾ, USA ਜਾਂ ਕਿਸੇ ਬੜੀ ਕੰਟਰੀ ਜਾਂ ਵਿਜ਼ਟਰ ਵੀਜ਼ਾ ਪਲਾਨ ਕਰ ਰਹੇ ਹੋ ਵਿਦਆਊਟ ਤੁਹਾਡੀ ਟਰੈਵਲ ਹਿਸਟਰੀ ਕਰ ਰਹੇ ਹੋ, ਕੋਈ ਟਰੈਵਲ ਹਿਸਟਰੀ ਤੁਹਾਡੀ ਪਹਿਲਾਂ ਹੈਗੀ ਹੋਣੀ ਹੈ, ਤੁਸੀਂ ਫੈਮਿਲੀ ਨਾਲ ਜਾਣਾ ਚਾਹੁੰਦੇ ਹੋ, ਫਿਰ ਤੁਸੀਂ ਸਿੰਗਲ ਜਾਣਾ ਚਾਹੁੰਦੇ ਹੋ, ਤੇ ਕਰੀਅਰ ਓਵਰਸੀਜ਼ ਤੁਹਾਡਾ ਸੁਪਨਾ ਕਰੇਗਾ ਸਰਕਾਰ ਘੱਟ ਸਮੇਂ ਤੇ ਘੱਟ ਬਜਟ 'ਚ, ਤਾਂ ਬਥੇਰੀ ਦਿੱਤੀ ਜਾਣਕਾਰੀ ਲਈ ਜੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਇੱਕ ਵਾਰ ਆਪਣੀ ਅਪਾਇੰਟਮੈਂਟ ਬੁੱਕ ਕਰਾ ਕੇ ਸਾਡੇ ਆਫਿਸ ਸਾਨੂੰ ਜ਼ਰੂਰ ਮਿਲੋ। ਸਤਿ ਸ਼੍ਰੀ ਅਕਾਲ।